ਯਾਰ ਆਪਣੇ ਵੱਲੋਂ ਜਿਸ ਕਿਸੇ ਨੂੰ ਬੱਚੇ ਨੂੰ ਡਰਾਇੰਗ ਦਾ ਸ਼ੌਕ ਹੁੰਦਾ ਉਹ ਦੇਖ ਕੇ ਜਾਓ, ਫਿਰ ਆਪਣੀ ਜੋ ਤੁਹਾਡੀ ਇਮੈਜੀਨੇਸ਼ਨ ਹੈ ਆਪਣੀ ਕਲਪਨਾ ਦੇ ਹਿਸਾਬ ਨਾਲ ਇਸ ਬਾਰੇ ਪੋਰਟਰੇ ਕਰੋ ਕਿ ਕੀ ਲੱਗਦਾ ਤੁਹਾਨੂੰ ਉਸ ਸਮੇਂ 'ਚ ਲੋਕ ਕਿਵੇਂ ਰਹਿੰਦੇ ਸੀਗੇ, ਜਾਂ ਉਸ ਬਾਰੇ ਲਿਖੋ ਜ਼ਰੂਰ ਤਾਂ ਕਿ ਤੁਹਾਡੀ ਮੈਮਰੀਜ਼ ਵੀ ਬਣ ਸਕਣ ਅਤੇ ਅਸੀਂ ਜ਼ਿਲ੍ਹੇ ਲਈ ਸਾਡੇ ਲਈ ਵੀ ਬਹੁਤ ਮਾਣ ਦੀ ਗੱਲ ਹੋਏਗੀ ਜੇ ਤੁਸੀਂ ਕੁਝ ਕੰਟਰੀਬਿਊਟ ਕਰ ਸਕੋ। ਸੋ ਆਈ ਹੋਪ ਕਿ ਅੱਜ ਤੁਸੀਂ ਸਾਰੇ ਜਣੇ ਇੱਥੋਂ ਇੰਜੋਏ ਕਰਕੇ ਜਾਓਗੇ ਅਤੇ ਜ਼ਰੂਰ ਕੁਝ ਸਿੱਖ ਕੇ ਜਾਓਗੇ। ਥੈਂਕ ਯੂ ਵੈਰੀ ਮੱਚ। ਜਾਣੂ ਕਰਾਇਆ ਅਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਟੀਚਰ ਸਾਹਿਬ ਨੂੰ ਪ੍ਰੇਰਿਤ ਕੀਤਾ ਕਿ ਇਸ ਸੰਬੰਧੀ ਹਿਸਟਰੀ ਬੱਚਿਆਂ ਨੂੰ ਪੜ੍ਹਾਈ ਜਾਵੇ ਅਤੇ ਇਸ ਸੰਬੰਧੀ ਹਿਸਟਰੀ ਲਿਖੀ ਜਾਵੇ, ਕਿਉਂਕਿ ਬੱਚੇ ਨਿਰਮਾਣ ਕਰਦੇ ਨੇ ਸਮਾਜ ਦਾ, ਤੁਹਾਡੇ 'ਚ ਬਹੁਤ ਗੁਣ ਨੇ। ਇਸ ਸੰਸਥਾ ਨੂੰ ਦੇਖ ਕੇ ਤੁਸੀਂ ਇੱਥੋਂ ਬਹੁਤ ਕੁਛ ਸਿੱਖੇ, ਬਹੁਤ ਕੁਛ ਸਮਾਜ ਲਈ ਹਿਸਟਰੀ ਲਿਖ ਸਕਦੇ ਹੋ। ਇਹ ਤੁਹਾਡੇ ਲਈ ਇੱਕ ਮੈਸੇਜ ਹੈ ਅੱਜ ਦੇ ਵਰਲਡ ਟੂਰਿਜ਼ਮ ਡੇ ਦੇ ਉੱਤੇ। ਤਕਰੀਬਨ ਲਗਭਗ 5000 ਸਾਲ ਪਹਿਲਾਂ ਭਾਰਤੀ ਉਪ ਮਹਾਂਦੀਪ ਦੇ ਉੱਤਰੀ ਪੱਛਮੀ ਭਾਗ ਇੱਕ ਮਹਾਨ ਨਾਗਰਿਕ ਸਭਿਅਤਾ ਦਾ ਜਨਮ ਹੋਇਆ, ਜਿਨ੍ਹਾਂ ਦੇ ਵਿੱਚੋਂ ਸੰਗੋਲ ਇੱਕ ਮਹਾਨ ਸੰਸਥਾ ਹੈ ਜਿੱਥੇ ਦੀ ਹਿਸਟਰੀ ਆਪਣੇ ਵਿੱਚ ਬਹੁਤ ਕੁਛ ਸਮੋਈ ਬੈਠੀ ਹੈ। 1968 ਤੋਂ ਲੈ ਕੇ ਇਸ ਸਥਾਨ ਦੇ ਉੱਤੇ ਜਿਨ੍ਹਾਂ ਨੇ ਇੱਕ ਇੱਕ ਚੀਜ਼ ਨੂੰ ਆਪਣੇ ਹੱਥਾਂ ਦੇ ਨਾਲ ਚੁੱਕਿਆ, ਖੁਦਾਈ ਦੌਰਾਨ ਇੱਕ ਇੱਕ ਚੀਜ਼ ਨੂੰ ਪੜ੍ਹਿਆ ਔਰ ਇਸ ਹਿਸਟਰੀ ਤੋਂ ਚੰਗੀ ਤਰ੍ਹਾਂ ਜਾਣੂ ਨੇ, ਕਦੋਂ ਤੋਂ ਇਹ ਇੱਥੇ ਬਣਿਆ, ਕਿਸ ਕਿਸ ਸਮੇਂ ਕਿਹੜੀ ਕਿਹੜੀ ਸੱਭਿਅਤਾ ਆਈ ਸਾਡੇ ਵਿੱਚ ਮੌਜੂਦ ਨੇ। ਤੇਜਾ ਸਿੰਘ ਜੀ ਉਹ ਇਸ ਹਿਸਟਰੀ ਬਾਰੇ ਪੂਰਨ ਤੌਰ 'ਤੇ ਦੱਸਣਗੇ, ਕਿਉਂਕਿ ਇਹਨਾਂ ਨੂੰ ਤੇਜਾ ਸਿੰਘ ਜੀ ਨੂੰ ਧਰਤੀ ਦਾ ਦੋਸਤ ਵੀ ਕਿਹਾ ਜਾਂਦਾ, ਕਿਉਂਕਿ ਦੇਖ ਕੇ ਦੱਸ ਦਿੰਦੇ ਵੀ ਕਿਹੜੀ ਸਭਿਅਤਾ ਦੀ ਚੀਜ਼ ਹੈ ਅਤੇ ਕਿਸ ਤੋਂ ਕਿਸ ਸਮੇਂ ਦੇ ਵਿੱਚ ਬਣੀ ਹੈ। ਤੇਜਾ ਸਿੰਘ ਜੀ ਜਿਨ੍ਹਾਂ ਨੇ 1968 ਤੋਂ ਕੰਮ ਕੀਤਾ ਇਸ ਹਿਸਟਰੀ ਤੋਂ ਪੂਰੀ ਤਰ੍ਹਾਂ ਜਾਣੂ ਹੈ ਔਰ ਸਾਰਿਆਂ ਨੂੰ ਜਾਣੂ ਕਰਵਾ। ਤੇਜਾ ਸਿੰਘ ਜੀ ਸਾਡੇ ਅਫਸਰ ਸਾਹਿਬਾਨ ਛੋਟੇ ਬੱਚੇ ਇਸ ਵਾਸਤੇ ਆਏ ਨੇ ਕਿ ਵੀ ਸਾਡੇ ਕੁਛ ਪੱਲੇ ਪਵੇ। ਬੱਚੇ ਤੁਸੀਂ ਜਦੇ ਕਾਮਯਾਬ ਹੋ ਸਕਦੇ ਜੇਕਰ ਤੁਹਾਡੇ ਕੁਛ ਨਾ ਕੁਛ ਪੱਲੇ ਪਊਗਾ। ਅੱਜ ਤੁਸੀਂ ਉਸ ਧਰਤੀ ਦੇ ਉੱਤੇ ਆਏ ਹੈ ਜਿਹੜੀ ਕਿ 5500 ਸਾਲ ਤੋਂ ਚਲੀ ਆਉਂਦੀ ਹੈ। ਸਾਡੇ ਕਿਸੇ ਵਿਗਿਆਨੀ ਨੇ ਲਿਖਿਆ, ਅੱਜ ਤੁਸੀਂ ਪੜ੍ਹਦੇ ਵੀ ਹੋਵੋਗੇ, ਰਾਸ਼ਟਰੀ ਗੀਤ ਗਾਇਆ ਜਾਂਦਾ ਨਾ, ਜਨ ਗਨ ਮਨ ਤਨ ਦਰਾਵੜ। ਇਹ ਜਿਹੜਾ ਸੰਘੋਲ ਪਿੰਡ ਹੈ 5500 ਸਾਲ ਪਹਿਲਾਂ ਇੱਥੇ ਦਰਾਵੜ ਰਹਿੰਦੇ ਸੀਗੇ, 5500 ਸਾਲ ਪਹਿਲਾਂ, ਜਿਹਨਾਂ ਨੂੰ ਆਦਿਵਾਸੀ ਲੋਕ ਕਿਹਾ ਜਾਂਦਾ ਅੱਜ ਦੇ ਦਿਨ। ਉਸ ਤੋਂ ਬਾਅਦ ਉਹ ਨਦੀਆਂ ਦਰਿਆਵਾਂ ਦੇ ਕਿਨਾਰਿਆਂ 'ਤੇ ਰਹਿੰਦੇ ਹੁੰਦੇ ਸੀਗੇ, ਕਿਉਂ ਉਹਨਾਂ ਨੂੰ ਸਿਰਫ ਖਾਣ ਵਾਸਤੇ ਜੰਗਲ ਦੇ ਵਿੱਚ ਬਹੁਤ ਕੁਛ ਮਿਲ ਜਾਂਦਾ ਸੀ, ਜ਼ਿਆਦਾਤਰ ਉਹ ਮਾਸਾਹਾਰੀ ਹੁੰਦੇ ਸੀਗੇ, ਜਾਨਵਰ ਫੜਨੇ ਮਾਰਨੇ ਖਾਣੇ ਹੋਰ ਫਲ ਫੁੱਲ ਖਾ ਲੈਣੇ। ਅਤੇ ਉਹ ਜਿਵੇਂ ਹੁਣ ਉਹਨਾਂ ਆਪਣੇ ਟੈਲੀਫੋਨ ਚੱਲਦੇ ਆ, ਉਸ ਟਾਈਮ ਇਹ ਕਬੀਲਿਆਂ ਦੇ ਵਿੱਚ ਰਹਿੰਦੇ ਸੀ। ਇੱਕ ਜੰਗਲ ਦੇ ਵਿੱਚ ਦੇਖ ਲਓ ਵੀ ਕਿੰਨੇ ਕਬੀਲੇ ਹੋਣਗੇ, ਆਪਣੇ ਆਪਣੇ ਕਬੀਲੇ ਹੁੰਦੇ ਸੀਗੇ, ਉਹਨਾਂ ਦੇ ਮੋਢੀ ਹੁੰਦੇ ਸੀ। ਜੇ ਇੱਕ ਕਬੀਲੇ ਦੇ ਵਿੱਚ ਕੋਈ ਖੁਸ਼ੀ ਮਨਾਈ ਜਾਂਦੀ ਹੈ ਜਾਂ ਕਮੀ ਮਹਿਸੂਸ ਕਰਦੇ ਸੀਗੇ, ਉਹ ਕਿਸ ਤਰ੍ਹਾਂ ਬੁਲਾਉਂਦੇ ਸੀਗੇ, ਇਹ ਮੈਂ ਦੱਸਦਾ। ਉਹਨਾਂ ਨੇ ਕਿਆ ਕਰਨਾ, ਘਾਹ ਫੂਸ ਇਕੱਠਾ ਕਰਨਾ, ਘਾਹ ਫੂਸ ਇਕੱਠਾ ਕਰਕੇ ਅੱਗ ਲਾ ਦੇਣੀ ਹੈ। ਜਿੱਥੇ ਜਿੱਥੇ ਵੀ ਦਰਾਵੜ ਲੋਕ ਹੁੰਦੇ ਸੀ ਉਹ ਧੂੰਏ ਨੂੰ ਦੇਖ ਕੇ ਉੱਥੇ ਪਹੁੰਚ ਜਾਂਦੇ ਸੀ ਵੀ ਅੱਜ ਆ ਉੱਥੇ ਖੁਸ਼ੀ ਦਾ ਦਿਨ ਹੈ ਜਾਂ ਗਮੀ ਦਾ ਦਿਨ ਹੈ। ਉਹ ਸਾਰੇ ਇਕੱਠੇ ਹੋ ਕੇ ਆਪਣੇ ਉੱਥੇ ਖੁਸ਼ੀ ਵੀ ਮਨਾਉਂਦੇ ਸੀ ਅਤੇ ਗਮੀ ਵੀ ਮਨਾਉਂਦੇ ਸੀ। ਉਸ ਤੋਂ ਬਾਅਦ ਆਰੀਆ ਲੋਕ ਆਏ, ਆਰੀਆ ਲੋਕ ਵੀ ਕਬੀਲਿਆਂ 'ਚ ਰਹਿੰਦੇ ਸੀਗੇ। ਇਹ ਜਿਹੜੇ ਦਰਾਵੜ ਸੀਗੇ ਇਹਨਾਂ ਦੇ ਉੱਤੇ ਉਹਨਾਂ ਨੇ ਅਟੈਕ ਕੀਤੇ। ਉਹਨਾਂ ਨੇ ਉਸ ਟਾਈਮ ਆਰੀਆ ਲੋਕਾਂ ਨੇ ਕੋਈ ਮਕਾਨ ਨਹੀਂ ਬਣਾਏ, ਝੁੱਗੀਆਂ ਦੇਖੇ ਨਾ ਤੁਸੀਂ ਗਰੀਬ ਲੋਕਾਂ ਦੀਆਂ ਬਣਾਈਆਂ ਵੀ ਆ। ਇਸ ਤਰ੍ਹਾਂ ਇਹ ਇੱਕ ਕਬੀਲੇ ਦੇ ਨਾਲ, ਜਿਹੜੇ ਹੜੱਪਾ ਕਾਲ ਦੇ ਲੋਕ ਸੀ ਉਹਨਾਂ ਦੇ ਕਬੀਲੇ ਦੇ ਨਾਲ
ये झुग्गे में रेंदे सी जदों देखना भी ये दा लग गया साडा उन्हां लुट के अगे चले जाते हस्तनापुर जिन्हों कहने हैं हस्तनापुर दस्या ना हस्तनापुर इन्हां ने बाद च बसाया हस्तनापुर कि कहने आप आरिया लोगों का सीगा तो दिल्ली है उस तो बाद मौरिया काल आया मौरिया काल के चंद्रगुप्त समुद्रगुप्त ये लोगों ने भी इतने राज किया ये जड़ा अपना अशोक से अशोक कहने ना भी बुद्ध मत अशोक ने अपनाया सी अशोक लास्ट राजा सी ये पिता का नाम बिंदुसार सी उसे अर्दलिया ने वो सुता पिया सी भी राज असी करेंगे ये है नहीं कुछ भी उन्होंने रजाई बच्चे मूह उठ के मारता अशोक ने इन्नी घबराहट की वो हर पास जिधर नू भी जाता सी वो कतलेआम ही करता जाता सी बहुत उन्हें लड़ाइया कीतिया हर एक नू कबीलिया तो फिर रियासत में हो गए जिमें नाभा पटियाला रियासत हो गया बिलासपुर हो गया ये रियासत के बाद च आया तो इस महात्मा बुद्ध मिले वो कहते भी गल सुन भी तू इस तो बाद की करना चाहता है कहते जी बस इस तो बाद की करना मैं राज करना बस कहते जे बस है तू ये खून खराबे क्यों करना खून खराबे क्यों करता इन्होंने छड़ चंगे पासे आ उस अशोक ने ये जड़े स्कूल सरकारी डिस्पेंसरियां उस मौके उन्हें शिकार मारना भी बंद करता जिहड़ा शिकार मारूगा उन्हें मैं दंड दूंगा मुफ्त हस्पताल मुफ्त स्कूल कोई भी छोटा नवीं बच्चा पढ़ सकता ये महात्मा बुद्ध जी की उपमा वास्ते उसने ये स्तूप बनाने शुरू करते थे जो महात्मा बुद्ध जी गया जी उन्होंने शरीर छड़िया ना उत्थे वे अस्थियां रखी गई हूँ जिथे तुम बैठे हो महात्मा बुद्ध जी किन्ने चिर हो गया हो इन नहीं बच्चे थानू नहीं पता होगा मैं दस इस तो पहला भी गल दसदा भी हिंदुस्तान सोने की चिड़ी किमें होंदा सी अब तो 5000 साल पहला वाल्मीक आया सुने ना वाल्मीक जिन्हें रामायण लिखी है कई लोग कहते भी 10000 साल पहला लिखती थी नहीं 10000 साल नहीं 1 साल पहला उहदा दिमाग इन्ना सीगा लिखारी का यह पूर्णवासी वाले दिन प्रगट होया सी वाल्मीक आप संस्कृत विच लाओ ना बाल कहने बच्चे नूं मीक कहने मिट्टी नूं वाल्मीक ये मिट्टी चो पैदा होया सीगा पूर्णवासी वाले दिन उस तो बाद अपने महात्मा बुद्ध जी कपिलवस्तु शहर लुगनी विच ये भी महामाया के पेटों पूर्णमासी वाले दिन प्रगटे सीगे पूर्णमासी नूं आपां बहुत चंगी समझते हैं ना उस तो बाद साढ़े रविदास जी माता कलसी के पेटों ये भी पूर्णमासी वाले दिन प्रगटे सीगे उस तो बाद अज के युग विच गुरु नानक देव जी माता त्रिपता के पेटों पूर्णमासी वाले दिन आए ठीक है ना ये उस महात्मा ने तब आप कहने ना अपने झंडे के अशोका चक्कर है क्या ना अशोका चक्कर किनिया साखा ने उन्हें 24 की होंगे ने 24 बटे 13 रात के घंटे होंगे ठीक है ना 8 पहर क्या ना भी सदा दुआली साथी अठो पैर बसंत ये जड़े महात्मा सीगे ये जड़ा स्तूप बनया वह तुसी ये देख रहे हो ये सांखा 32 ते 24 परिक्रमा तो बाद 24 उस तो बाद 12 जे 12 नूं आपां 12 विचों 4 घटा दिए तां किहो जांदे किन्ने रह जांदे
अठ पैर ये जड़ा बनया हुआ अपने आम कहावत है कि बगाने हाथ खेती कदे ना होंगे बत्तियां तो एक आपा कहने क्या यार तेरी बत्ती दंदा नहीं पाख्या भी कभी निकल गई। ये बत्ती साढ़े वास्ते बहुत जरूरी है। 24 घंटे 12 महीने 8 पहर इंसान की धड़कन चल रही जदों ये पार कर जाता वो सेंटर में चल दिता वो आस्तियां पस महात्मा अज तो 2500 साल पहला हूँ तो किनिया पढ़ाइया हो गई सिर्फ दो पढ़ाइया रोस्टी ते पाली जेड़े साढ़े उस्ताद जी सी उन्होंने सानू दसिया भी इस महात्मा का नाम पाशक बदरस सीगा क्यों वो पढ़ाइया पढ़ लें आर्कोलॉजी का मतलब यही है भी जिहड़ी असल चीज़ है वो असले होनी चाहिए। इस करके बच्चों जेडे मैं थोड़ा सवाल दसे हैं ये कहानू थोड़ू आ भी सकते हैं जो थोड़े टीचर ये थोड़ू देंगे ये जरूर याद रखना ये अपनी हिस्ट्री ठीक है बेटे थैंक यू बेटे। जिन्होंने लगातार इतने ही काम किया तो इतों ही अपनी रिटायरमेंट लिखी है और सारी हिस्ट्री जो कुछ भी इतने वापरिया उसके बारे पूरा ज्ञान इन्होंने रखा हुआ समो के रखा हुआ हूँ साडा हिस्ट्री सैशन है। मैं बेनती करूँगा विवेक हिमानी जी ने आशीष जी उन्होंने सहयोगी ने स्टोरी सैशन है साडा बच्चों बहुत ध्यान दे नाल मैं मैक नूं कहांगा प्लीज ऑपरेटर मैक लगा दें।